सलामुअलैकुम सजनों ते बेलियो, उम्मीद करना के सारे दोस्त अहबाब अल्लाह पाक दे फजल ते करम दे नाल हैरियत नाल होंदे। अज दिन जी हफ्ते दा ते इस टाइम सियालकोट दे नामवर ते नौजवान व्यापारी उसामा बाजवा साहब दे डेरे ते मौजूद हाँ। ते माशाल्लाह जी भाई उसामा साहब दोस्तों वास्ते तीन खूबसूरत असली ते नस्ली झोटियां, इस तों अलावा दो खूबसूरत गावां भी लैके आए ने। सारे जानवरों की तसली कराने ते उन्हां दा जिहड़ा रेट है कीमत है वह भी मालूम करने। भाई उसामा साहब आओ जी सामने जी। अस्सलामु अलैकुम। वालेकुम सलाम जी। भाई उसामा की हाल ठीक हो? जी ठीक राज भाई, तुसी सुनाओ। अल्लाह पाक दा बड़ा शुक्र ओदी ज़ात दा करम है। ऑलरेडी दोस्त जनाब दे नाम तू जनाब दे काम तू वाकफ ने, शौक अच्छा करांदे हो दोस्तां नूं, फिर अपना ते अपने डेरे दा भी मुकम्मल तारफ करवा दियो। जी दोस्तों वीडियो दे सारे अस्सलाम अलैकुम। तस्वीर बसरोर जिला सियालकोट गांव चौंगलोर अचवारे रोड दे उत्ते चौंग जे 1 मिनट दा रास्ता है। सज्जा ते डेरा सलामत वाजा नाम दा शुक्र। ठीक है ठीक है। ਇਹ ਮਜ਼ੀਦ ਨੰਬਰ ਭਾਈ ਉਸਾਮਾ ਸਾਹਿਬ ਦੇ ਸਕਰੀਨ ਤੇ ਆ ਰਹੇ ਨੇ, ਦੋਸਤ ਕਾਲ ਕਰਕੇ ਰਾਬਤਾ ਕਰ ਸਕਦੇ ਨੇ। ਆਓ ਜੀ ਭਾਈ ਜਾਨ ਝੋਟੀਆਂ ਤੋਂ ਸ਼ੁਰੂ ਕਰੋ। ਮਾਸ਼ਾਅੱਲਾ ਜੀ ਝੋਟੀ ਨੰਬਰ 1 ਆ ਗਈ ਹੈ ਵੀ ਪਹਿਲਾਂ ਨੇ। ਹਾਂਜੀ ਭਰਾ ਜੀ ਪਹਿਲਾਂ ਝੋਟੀ। ਠੀਕ ਹੈ ਇੱਥੇ ਕਿ ਜ਼ਰਾ ਸਿੱਧੀ ਕਰਿਓ। ਮਾਸ਼ਾਅੱਲਾ ਜੀ ਚਿਹਰੇ ਦੀ ਖੂਬਸੂਰਤੀ ਦੋਸਤਾਂ ਵੇਖ ਲੈਣੀ। ਖਿਲਾ ਰਹੇ ਹੋ ਅੰਕਲ ਜੀ ਜ਼ਰਾ? ਸੁਵਾ ਪਹਿਲਾ ਸੂਈ ਹੈ ਮਾਸ਼ਾਅੱਲਾ ਜੀ। ਕਿਦੋਂ ਦੀ ਸੂਈ ਹੈ ਭਾਈ ਉਸਾਮਾ? ਇਹ ਜਨ ਤੀਸਰਾ ਦਿਨ ਦੀ ਸੂਈ। ਇਹ ਬੋਲੇ ਤੇ ਹੀ ਇਹ ਸੁਵਾ ਪਹਿਲਾ ਵੇ ਦਿਨ ਤੀਸਰਾ। ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਵੇਖ ਲੈਣਾ। ਚਿਹਰਾ ਤਾਂ ਜ਼ਰਾ ਸਾਹਮਣੇ ਕਰਿਓ ਜੀ। ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ ਮਾਸ਼ਾਅੱਲਾ ਜੀ। ਸਿੰਗੀਆਂ ਛੋਟੀਆਂ ਨੇ ਤੇ ਪਹਿਲਨ ਹੋ ਕੇ ਥਣ ਵੀ ਸੋਹਣੇ ਲੱਗੇ ਨੇ। ਝੋਨੇ ਸਿੰਗੀਆਂ ਚੱਕਰ ਮਾਸ਼ਾਅੱਲਾ ਜੀ। ਕਿੰਨਾ ਕੁ ਬੋਲਾ ਭਾਈ ਉਸਾਮਾ? ਰੱਬ ਇਹਦੇ ਕੋ ਬੋਲਾ 11 ਕਿਲੋ ਨੇ। ਦੋਵਾਂ ਟਾਮਾਂ ਦਾ ਟੋਟਲ ਬੱਚੇ ਸਮੇਤ ਜਿਹੜਾ ਬੋਲਾ ਵੇ 11 ਕਿਲੋ ਵੇ ਲਿਬਾਸ ਵੀ ਦੋਸਤਾਂ ਵੇਖਣਾ। ਮਾਸ਼ਾਅੱਲਾ ਜੀ ਪਹਿਲਨ ਹੋ ਕੇ ਥਣ ਵੀ ਸੋਹਣੇ ਲੱਗੇ ਨੇ, ਪੁਸ਼ਲ ਵੀ ਬਰੀਕ ਹੈ, ਪੁੱਠਾ ਵੀ ਦੋਸਤਾਂ ਚੈੱਕ ਕਰਾ ਦਿੰਨੇ ਆ। ਲਿਆਓ ਜ਼ਰਾ ਪਰਤਾ ਕੇ ਜਾ ਤੇ ਲਿਆਵੋ, ਜਾ ਤੇ ਲੈ। ਚਲੋ ਜਾ ਕੀ ਪਿੱਛੇ ਤੇ ਕੱਟੀ ਜੇ ਭਰਾ ਦੇ ਪਿੱਛੇ ਤੇ ਕੱਟੀ। ਮਾਸ਼ਾਅੱਲਾ ਜੀ ਲੋ ਜੀ ਦੋਸਤੋ ਲਿਬਾਸ ਫੇਰ ਚੈੱਕ ਕਰਨਾ ਜੀ। ਇਹ ਜਾਵੇ ਦਾ ਇਹ ਪਿੱਛੇ ਤੇ ਕੱਟੀ ਮਾਸ਼ਾਅੱਲਾ ਜੀ, ਤੇ ਨਾੜੂ ਵੀ ਸਾਹਮਣੇ ਨਜ਼ਰ ਆਉਂਦਾ ਆ। ਇਹ ਚੱਲ ਇਹਨਾਂ ਦੀ ਸੂਈ ਨਹੀਂ, ਇਹ ਛੋਟੀ ਨੇ ਲੋਸ਼ ਲੋਗੋ ਪਾਈਏ। ਠੀਕ ਹੈ ਲੈ ਚਲੋ ਜੀ। ਅਗੋ ਲਿਆ ਨੰਬਰ 2 ਵਾਲੀ ਜੀ। ਭਾਈ ਉਸਾਮਾ ਕੀ ਰੇਟ ਹੈ ਜੀ ਛੋਟੀ ਨੰਬਰ 1 ਦਾ? ਛੋਟੀ ਨੰਬਰ 1 ਦਾ ਰੇਟ 3,65,000। 3,65,000 ਫਿਲਹਾਲ ਜਿਹੜਾ ਮੌਜੂਦਾ ਬੋਲਾ ਵੇ 10 ਤੋਂ 11 ਕਿਲੋ ਵੇ ਸੁਆ ਪਹਿਲਾ। ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਫੇਰ ਚੈੱਕ ਕਰਨਾ, ਪਿੱਛੇ ਦੇ ਕੱਟੀਏ ਕਰਮ ਵਾਲੀਆਂ ਦੋਈ ਨੇ ਕੀਮਤ 3,65,000। ਅਗੇ ਭਾਈ ਲਿਆਓ ਜੀ ਨੰਬਰ 2 ਵਾਲੀ। ਅਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ। ਲਿਬਾਸ ਚੰਗਾ ਕੀਤਾ, ਚੰਗੀ ਸ਼ਾਨਦਾਰ ਝੋਟੀ ਹੈ। ਕਿੰਨਵਾਂ ਸੁਆ ਭਾਈ ਉਸਾਮਾ ਦਾ? ਇਹਦਾ ਦੂਸਰਾ ਸੁਆ। ਸੁਆ ਦੂਸਰਾ ਇੱਥੇ ਜ਼ਰਾ ਖਿਲਾ ਰਿਓ ਜੀ। ਕਿਦੋਂ ਦੀ ਸੂਈ ਹੈ? 12 ਦਿਨ ਹੋ ਗਏ ਨੇ, ਕੋਈ 12 ਦਿਨ ਹੋ ਗਏ ਨੇ ਸੂਈ ਨੂੰ। 12 ਕਿ ਦਿਨ ਹੋ ਗਏ ਨੇ? ਮਾਸ਼ਾਅੱਲਾ ਜੀ ਖੂਬਸੂਰਤੀ ਦੋਸਤਾਂ ਵੇਖਣੀ ਹੈ। ਲਿਬਾਸ ਵੀ ਚੰਗਾ ਕੀਤਾ, ਥਣ ਸੋਹਣੇ ਪਾਵਰਫੁਲ ਲੱਗੇ ਨੇ। ਦੁੱਧ ਕਿੰਨਾ ਕਿਹਦੇ ਕੋਲ? ਸਾਡੇ ਦੁੱਧ ਦੇ ਕੋਲ 15 ਕਿਲੋ 14 ਕਿਲੋ ਦੀ ਗਰੰਟੀ ਹੋਏਗੀ। 14 ਕਿਲੋ ਦੁੱਧ ਦੀ ਗਰੰਟੀ ਹੋਈ ਦੀ ਜ਼ਰਾ ਟੋਰ ਕੇ ਲਿਆਓ ਜੀ। ਮਾਸ਼ਾਅੱਲਾ ਜੀ ਰਵੇਲ ਕਾਫੀ, ਲਿਬਾਸ ਵੀ ਦੋਸਤਾਂ ਚੈੱਕ ਕਰਾ ਦਿੰਨੇ ਆ। ਸੁਬਾ ਦੂਸਰਾ ਵੇ ਦੁੱਧ 14 ਕਿਲੋ ਦੀ ਗਰੰਟੀ ਹੈ। ਮਾਸ਼ਾਅੱਲਾ ਜੀ ਸੋਹਣਾ ਲਿਬਾਸ ਕੀਤਾ, ਆਹ ਚੈੱਕ ਕਰੋ ਜੀ ਪੂਰਾ ਨਜ਼ਾਰਾ ਗਰੰਦੀਪ। ਮਾਸ਼ਾਅੱਲਾ ਜੀ ਠੀਕ ਹੈ, ਪਰਤਾ ਕੇ ਲਿਆਓ ਜੀ। ਪੁੱਠਾ ਵੀ ਦੋਸਤਾਂ ਵੇਖਣਾ, ਜਾ ਕੀ ਪਿੱਛੇ ਦੇ? ਇਹਦੇ ਪਿੱਛੇ ਕੱਟਾ ਨਹੀਂ ਭਰਾਉਂਦੇ, ਇਸ ਸਾਈਡ ਤੇ ਆ ਭਾਈ, ਤੁਸੀਂ ਇਸ ਸਾਈਡ ਤੇ ਆਵੋ, ਇਹਦੇ ਪਿੱਛੇ ਕੱਟਾ। ਮਾਸ਼ਾਅੱਲਾ ਜੀ ਜਾ ਤੇ ਲੈ ਚਲੋ। ਇਹ ਮਾਸ਼ਾਅੱਲਾ ਜੀ ਪਿੱਛੇ ਦੇ ਕੱਟਾ ਜੀ। ਠੀਕ ਹੈ ਭਾਈ ਲੈ ਆਵੋ ਜੀ। ਜੀ ਭਾਈ ਉਸਾਮਾ ਕੀ ਰੇਟ ਹੈ ਜੀ ਝੋਟੀ ਨੰਬਰ 2 ਦਾ? ਝੋਟੀ ਨੰਬਰ 2 ਦਾ ਰੇਟ 3,60,000। 3,60,000 ਦੁੱਧ 14 ਕਿਲੋ ਵੇ ਸੁਆ ਦੂਸਰਾ। ਮਾਸ਼ਾਅੱਲਾ ਜੀ ਚੰਗੀ ਪਹਿਲਵਾਨ ਚੀਜ਼ ਹੈ। ਪੁੱਠਾ ਵੀ ਦੋਸਤਾਂ ਵੇਖਣਾ, ਸਿੰਗਲ ਹੱਡੀ ਹੈ, ਲਿਬਾਸ ਵੀ ਸੋਹਣਾ ਕੀਤਾ, ਥਣ ਵੀ ਸੋਹਣੇ ਪਾਵਰਫੁਲ ਲੱਗੇ ਨੇ। ਕੀਮਤ 3,60,000। ਅੱਗੇ ਭਾਈ ਲਿਆਓ ਜੀ ਨੰਬਰ 3 ਵਾਲੀ। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਆ ਗਈ ਹੈ। ਕਿੰਨਵਾਂ ਸੁਆ ਭਾਈ ਉਸਾਮਾ ਦਾ? ਪਹਿਲਨ ਝੋਟੀ ਦਾ ਵਾਲੀ ਪਹਿਲਨ ਝੋਟੀ। ਮਾਸ਼ਾਅੱਲਾ ਜੀ ਕਿਦੋਂ ਦੀ ਸੂਈ ਹੈ? ਚੰਗੀ ਪਹਿਲਵਾਨ ਚੀਜ਼ ਹੈ, ਚੌੜਾ ਪੁੱਠਾ ਹੋਵੇ, ਪਿੱਛੇ ਦੇ ਕੱਟੀ ਹੈ। ਮਾਸ਼ਾਅੱਲਾ ਜੀ ਵੀ ਕਰਮ ਵਾਲੀਆਂ ਦੋਈ ਨੇ ਜੀ। ਜਾ ਦੱਸਿਆ ਅਜੇ ਦਾ? ਇਹ ਪਿੱਛੇ ਦੇ ਕੱਟੀ। ਮਾਸ਼ਾਅੱਲਾ ਜੀ ਜਾ ਵੀ ਦੋਸਤਾਂ ਵੇਖਣਾ। ਠੀਕ ਹੈ ਭਾਈ ਲਿਆਓ ਜੀ ਰਵੇਲ ਦੀ ਕਾਫੀ ਵਾਨਾ ਡੱਬਲ ਹੈ। ਪਹਿਲਨ ਹੋ ਕੇ ਥਣ ਵੀ ਸੋਹਣੇ ਪਾਵਰਫੁਲ ਲੱਗੇ ਨੇ। ਨੰਬਰ 3 ਤੇ ਚੈੱਕ ਕਰਾਨੇ ਆ ਪੇ ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 12 ਕਿਲੋ ਜੀ। ਠੀਕ ਹੈ ਜੀ ਭਾਈ ਉਸਾਮਾ ਕੀ ਰੇਟ ਹੈ ਜੀ ਝੋਟੀ ਨੰਬਰ 3 ਦਾ? ਝੋਟੀ ਨੰਬਰ 3 ਦਾ ਰੇਟ 2,95,000। 2,95,000 ਦੁੱਧ 12 ਕਿਲੋ ਵੇ ਪਿੱਛੇ ਦੇ ਕੱਟੀ ਹੈ। ਕੀਮਤ ਡਿਮਾਂਡ 2,95,000। ਅੱਗੇ ਲਿਆਓ ਜੀ ਗਾਂ ਨੰਬਰ 1। ਇਹ ਮਾਸ਼ਾਅੱਲਾ ਜੀ ਪੁੱਠਾ ਵੀ ਦੋਸਤਾਂ ਦਾ ਚੈੱਕ ਕਰਨਾ, ਲਿਬਾਸ ਵੀ ਵੇਖਣਾ। ਮਾਸ਼ਾਅੱਲਾ ਜੀ ਪਹਿਲਨ ਹੋ ਕੇ ਥਣ ਵੀ ਸੋਹਣੇ ਲੱਗੇ ਨੇ। ਕੀਮਤ 2,95,000। ਅੱਗੇ ਆ ਗਈ ਹੈ ਜੀ ਵੈੜ ਨੰਬਰ 1।
ਕਿਨਵਾ ਸੋਇਆ ਜੀ ਦਾ ਮੇਰਾ ਦੂਸਰਾ ਸੋਇਆ ਸੋਵਾ ਦੂਸਰਾ ਸੋਈਏ ਮਾਸ਼ਾਅੱਲਾ ਜੀ ਥਾਣਵੀ ਸੋਹਣੇ ਮੁੱਠੀ ਲੱਗੇ ਨੇ ਕਿਦੋਂ ਦੀ ਸੋਈਏ ਭਾਈ ਸਾਹਿਬ ਮੈਂ ਰੁਕਾਤ ਭਾਈ ਇੱਕ ਮਹੀਨਾ ਕੋਈ 10 ਦਿਨ ਹੋ ਗਏ ਸੀ ਇੱਕ ਮਹੀਨਾ ਦੇ ਕੋਈ 10 ਕ ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਲਿਬਾਸ ਵੀ ਦੋਸਤਾਂ ਚੈੱਕ ਕਰਨਾ ਹੈ ਪਰਤਾ ਆਇਓ ਭਾਈ ਸਰਾ ਜਾਤ ਲਿਆ ਜਾ ਕੀ ਪਿੱਛੇ ਦੇ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ ਦੁੱਧ ਕਿੰਨਾ ਕਿਹਦੇ ਕੋਲ जर्सी ते चोलस्तानी करा से गर्मियां च गर्मी भी नहीं करे दी माशाल्लाह जी ठीक है जी ला चलो दुध की रंगत भी सफेद की कीमत है जी उसामा साहब की पूरा 3 लाख ठीक है दुध 13 किलो वे जी बेहतर होगा माशाल्लाह जी नंबर एक चेक कराइए कीमत डिमांड 3 लाख पिछे दे बची अगे लियाओ जी नंबर 2 वाली अगे आ गई माशाल्लाह जी नंबर 2 ते आ गई है रवेल दी काफी है प्रिंट दोस्तों वेखना माशाल्लाह जी हुसन चेक करना है किनवा सोया जी एदा सिंगल दिन सोवा दूसरा भाई टोर जरा कितों की सोई है भाई समय 8 दिन हो गए ना माशाल्लाह जी नंबर 2 ते चेक कराने पे सोवा दूसरा सोई है पुट्ठा भी दोस्तों वेखना है प्रिंट की शाइनिंग वेखनी जा की पिछे भाई समा दे लिया भाई इतने जरा परता के लिया जाते पिछे दे बची है माशाल्लाह जी टोटल बच्चे समेत 14 किलो पिछे माशाल्लाह जी नंबर 2 चेक कराने पे लिबास भी दोस्तों वेख लेना थाना दे माशाल्लाह जी सोने लगे ने की कीमत है भाई उसामा साहब जी कीमत 3 लाख 60 हज़ार 3 लाख 60 हज़ार जर्सी ते फ्रीजियन क्रास है माशाल्लाह जी नंबर 2 ते चेक कराइए कीमत डिमांड 3 लाख 60 हज़ार बस यही जानवर ने मजीद को पैगाम देना है जी बहुत शुक्रिया जी उम्मीद करने जी दोस्तों वीडियो पसंद आई हो इजाजत चाहते हैं अल्लाह हाफिज़।